बिस्मिल्लाहिर्रहमानिर्रहीम, अस्सलाम वालेकुम मोहतरम बहन भाइयों, मैं हूं मुनव्वर और आप देख रहे हैं मेरा यूट्यूब चैनल मुनव्वर वीर। अल्लाह ताला आपको खुश रखे, शाद व आबाद रखे। इसी दुआ के साथ आज का व्लॉग शुरू करते हैं। मम्मी यहाँ क्या पान लग गए हैं? बेटा जड़ी ना गोई नहीं होंगे, गोबर ना ना जड़ा। हाँ जी, ये जलाया ना तो फिर ये जड़ी आसवा होंगे ना राख ही दी। इन्हें पाइए ना लसन तो फिर जगह जड़ी होंगी ना नरम हो जाती है ना नीचे, फिर मोटा मोटा लसन होंगे। जड़ी बूटी जाने पानी देख के स्प्रे कर देखो आज अपना किता चलो अम्ब जो कि सोने मांचे उत्ते चले गए बूटे कागज कुगर पाने सब्जी का थोड़ा सड़ जाते अरे आज की सर्दी भी नहीं होने पैनी है ना, क्योंकि मौसम तो नहीं सर्दी आई नहीं थी जी, दिन दिन को सख्त सर्दी हो गई तो सारा उत्ते पैन दी जड़ी किसी से हुई पटिया। हाँ नहीं वो तेरा देसी या थले वाला जड़ा एक पैन है। सही है, हम अगले साल फिर मौसम आया ना। हाँ जी, फिर तो पैन कर देंगे। सही है, सोना मांचा लो। चलो चोकला चलो चोकला 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 इतने आगे खड़ा हो गया फिर बस
ਨਾਂ ਤੇ ਸ਼ਾਨ ਉਥੇ ਭੱਜ ਫਿਰਦੇ ਤੇ ਇਹਦੀ ਚਾਹ ਖੜਾ ਉਹ ਕੁਛ ਟੁੱਟ ਮੰਜੀ ਤੇ ਨਮਾ ਬਣਾ ਛਣੀ ਮੈਂ ਤੈਨੂੰ ਉਥੇ ਤੇਜ਼ ਬੁਖਾਰ ਸੀ ਹਾਲੇ ਵੀ ਬਹੁਤ ਹਾਂ ਤੇ ਟੀਕਾ ਵੀ ਲਾਇਆ ਕਿ ਨਾ ਕਾਲ ਨਹੀਂ ਸੀ ਲਾਇਆ ਦਵਾਈ ਦਿੱਤੀ ਉਹਨੇ ਹਾਂਜੀ 12 ਵਜੇ ਛੁੱਟੀ ਸਕੂਲੋਂ ਲੈ ਕੇ ਆ ਗਿਆ ਸਕੂਲੋਂ ਆ ਗਿਆ ਤੇ ਜਾ ਕੇ ਰੋਟੀਆਂ ਹੋਣ ਲੱਗ ਪਈਆਂ ਹਾਂ ਡਾਕਟਰ ਨੇ ਬਹੁਤ ਤੇਜ਼ ਬੁਖਾਰ ਹੋ ਗਿਆ ਤੇ ਸ਼ਾਮ ਨੂੰ ਜਿਹੜਾ ਹਾਂਜੀ ਜਾਂ ਤਲੀਆ ਜਾਂ ਡਬਰ ਰੋਟੀ ਦੇ ਕੇ ਫਿਰ ਦਵਾਈ ਦੇ ਆਂ ਸਹੀ ਬਹੁਤ ਮੈਂ ਪਤਾ ਉਹ ਨਾ ਉਹ ਦੂਜੇ ਭੱਜੇ ਫਿਰਦੇ ਸ਼ਾਮ ਤੇ ਹਾਂਜੀ ਉਹਨਾਂ ਨਾਲ ਦੇਖ ਕੇ ਬਾਹਰ ਆ ਗਿਆ ਰਾਤ ਨੂੰ ਮੈਨੂੰ ਨਾ ਉੱਥੇ ਚਾਰ ਪਾਈ ਤੇ ਲਟਾ ਕੇ ਆਈ ਸੀ ਤੇ ਉਹ ਫਿਰ ਆ ਗਿਆ ਮੇਰੇ ਕੋਲ ਦੁਬਾਰਾ ਉੱਥੇ ਚੋਂ ਲੇਟ ਤੇ ਫਿਰ ਮੈਂ ਤੈਨੂੰ ਨਾ ਦਵਾਈ ਫਿਰ ਦਿੰਨੀ ਇੱਕ ਕੱਲ ਸਾਰਾ ਦਿਨ ਉਹਨੇ ਭਜਾਇਆ ਹਾਂਜੀ ਕੱਲ ਉਹਨੇ ਇੰਨਾ ਪਰੇਸ਼ਾਨ ਕੀਤਾ ਤੇ ਅੱਜ ਜਿਹੜਾ ਇਹ ਆਰਾਮ ਕਰਦੇ ਨਮਾ ਪੈ ਜਾ ਮੇਰਾ ਪਾਸ ਕੀ ਕਹਿੰਦਾ ਮੈਂ ਕਿ ਠੰਡ ਤੇ ਨਹੀਂ ਲੱਗਦੀ ਤੇ ਕੰਬਲ ਲਿਆ ਕੇ ਆਉਂਦਾ ਹੈ ਨਹੀਂ ਹੁਣ ਨਹੀਂ ਠੰਡ ਲੱਗਦੀ ਦਵਾਈ ਇਹਨੂੰ ਧਿਆਨ ਨਾਲ ਇੱਕ ਵਾਰੀ ਫਿਰ ਸੌਣ ਲੱਗਿਆ ਰਹੀ ਹਾਂਜੀ ਨਹੀਂ ਦਵਾਈ ਅੱਗੇ ਵੀ ਦਿੱਤੀ ਕਿ ਹਰ ਘਰ ਦੇ ਬੱਚੇ ਇਸ ਤਰ੍ਹਾਂ ਹੀ ਪਏ ਆ ਹਾਂਜੀ ਇਹ ਨਾ ਅੱਜ ਕੱਲ ਪਤਾ ਨਹੀਂ ਮੌਸਮ ਵੀ ਕਿਦਾਂ ਦਾ ਮੌਸਮ ਇਹ ਨਾ ਸਰਦੀ ਇੱਕ ਜ਼ਿਆਦਾ ਨਹੀਂ ਨਾ ਸਵੇਰ ਸਵੇਰ ਬੱਚੇ ਖਿਆਲ ਨਹੀਂ ਕਰਦੇ ਵੀ ਹਲਕੀ ਹੁੰਦੀ ਹੈ ਨਾ ਠੰਡ ਤੇ ਫਿਰ ਉਸ ਤਰ੍ਹਾਂ ਹੀ ਜਿਹੜਾ ਨਾ ਬਾਹਰ ਦੌੜ ਆ ਜਾਂਦੇ ਆ ਫਿਰ ਹਵਾ ਵੀ ਪੈ ਜਾਂਦੀ ਹੈ ਹਰ ਘਰ ਦੇ ਵਿੱਚ ਬੱਚੇ ਕਿਤੇ ਵਡੇਰੇ ਬੁਖਾਰ ਨਾਲ ਪਏ ਹਾਂਜੀ ਅੱਲਾਹ ਤਾਲਾ ਮਾਫ ਕਰੇ ਬਹੁਤ ਬੁਰਾ ਹਾਲ ਆ ਕੱਲ ਪਰਸੋਂ ਕੱਪੜੇ ਨਾ ਧੋਤੇ ਤੇ ਮੈਂ ਕਿਹਾ ਚੱਲ ਕੱਲ ਨੂੰ ਮਸ਼ੀਨ ਲਾਉ ਕੱਲ ਜਿਹੜਾ ਫਰਹਾਨ ਅਲੀ ਫਿਰ ਠੀਕ ਨਹੀਂ ਸੀ ਕੱਲ ਵੀ ਨਾ ਧੋਤੇ ਗਏ ਅੱਜ ਕੱਪੜੇ ਧੋਂਦੀ ਸਾਂ ਹੁਣ ਚਨੂੰ ਇਹ ਆਏ ਸਕੂਲੋਂ ਫਰਹਾਨ ਰਿਹਾਨ ਆ ਗਿਆ ਇਹਨੇ ਵਿਚਾਰੇ ਨੂੰ ਬਹੁਤ ਪਰੇਸ਼ਾਨ ਕੀਤਾ ਮਾਸ਼ਾਅੱਲਾ ਤੂੰ ਅੱਗੇ ਪਹੁੰਚ ਗਿਆ ਆਸਤਾ ਆਸਤਾ ਜਲਦੀ ਪਹੁੰਚ ਗਿਆ ਨਾ ਕੱਪੜੇ ਧੋਤੇ ਹੋਏ ਅਸੀਂ ਦੇਖਦੇ ਹਾਂ ਸੁੱਕੇ ਆ ਕਿ ਨਹੀਂ ਧੁੰਦ ਹੁਣੇ ਪੈਣ ਲੱਗ ਪਈ ਆ ਸੁਬਾਹ ਵੀ ਬਹੁਤ ਜ਼ਿਆਦਾ ਧੁੰਦ ਹੁੰਦੀ ਆ ਮਾਮਾ ਫਿਰ ਆ ਜਾ ਚੱਲੀਏ ਛੱਤ ਤੇ ਆਏ ਸੀ ਬੱਚਿਆਂ ਦੇ ਕੱਪੜੇ ਉਤਾਰਨ ਤੇ ਹਜੇ ਸੁੱਕੇ ਕੋਈ ਨਹੀਂ ਥੋੜੇ ਥੋੜੇ ਗਿੱਲੇ ਨੇ ਚਲੋ ਆਪੀ ਸੁਬਾਹ ਸੁੱਕ ਜਾਣਗੇ ਕਾਫੀ ਕੱਪੜੇ ਬੱਚਿਆਂ ਦੇ ਪਏ ਨੇ ਪਾਉਣ ਵਾਲੇ ਸ਼ਾਮ ਹੋ ਗਈ ਆ ਨੀਚੇ ਚੱਲਦੇ ਹਾਂ ਵੀਡੀਓ ਦਾ ਇੱਥੇ ਐਂਡ ਕਰਦੇ ਹਾਂ ਅਗਰ ਮੇਰੇ ਭੈਣ ਭਾਈਆਂ ਨੂੰ ਪਸੰਦ ਆਵੇ ਇਹਨੂੰ ਸ਼ੇਅਰ ਕਰਿਓ ਲਾਈਕ ਕਰਿਓ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਬੈਲ ਦੇ ਬਟਨ ਪ੍ਰੈਸ ਕਰਿਓ ਤਾਂ ਕਿ ਸਾਡੀ ਹਰ ਆਉਣ ਵਾਲੀ ਨਈ ਵੀਡੀਓ ਦੀ ਨੋਟੀਫਿਕੇਸ਼ਨ ਬਰ ਵਕਤ ਪਹੁੰਚਦੀ ਰਹੇ ਹੁਣ ਸਾਨੂੰ ਦਿਓ ਇਜਾਜ਼ਤ ਅੱਲਾ ਹਾਫਿਜ਼